ਸੰਗਤ ਜੀ, ਹਰੇਕ ਮੰਗਲਵਾਰ ਦਵਾਈਆਂ ਤੇ ਚਾਹ ਦੇ ਲੰਗਰ ਲਗਾਤਾਰ ਚੱਲਦੇ ਆ। PGI ਐਮਰਜੈਂਸੀ ਦੇ ਬਾਹਰ ਖੜੇ ਆ ਗੇਟ ਨੰਬਰ 2 ਤੇ। ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਪੈਂਦੀ ਹੈ, ਸੋ ਕਿਰਪਾ ਕਰਕੇ ਸਾਨੂੰ ਸਾਥ ਜ਼ਰੂਰ ਦਿਆ ਕਰੋ। ਦਵਾਈਆਂ ਤੇ ਲੰਗਰ ਲਗਾਤਾਰ ਚੱਲ ਰਹੇ ਆ, 19 ਸਟੇਟਾਂ ਤੋਂ ਪੇਸ਼ੈਂਟ ਪਹੁੰਚਦੇ ਆ, ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਨਾ। ਇਹ ਸੇਵਾ ਲਗਾਤਾਰ ਪਿਛਲੇ 4 ਸਾਲ ਤੋਂ ਚੱਲ ਰਹੀ ਹੈ, ਹਰੇਕ ਮੰਗਲਵਾਰ ਸਵੇਰੇ 5:30 ਤੋਂ 7:30 ਵਜੇ ਤੱਕ। ਸਾਡੇ ਲੱਖਾਂ ਰੁਪਏ ਦੇ ਬਿੱਲ ਪੈਂਡਿੰਗ ਹੁੰਦੇ ਆ, ਜੋ ਲਗਾਤਾਰ ਸੰਗਤ ਦੇ ਇਕੱਠੇ ਹੋ ਕੇ ਸੰਗਤ ਰੂਪ 'ਚ ਇਕੱਠੇ ਹੋ ਕੇ ਕਲੀਅਰ ਕੀਤੇ ਜਾਂਦੇ ਨਾ। ਅੱਗੇ ਫੈਸਟੀਵਲਸ ਦੇ ਮਹੀਨੇ ਆ ਰਹੇ ਆ, ਤਿਉਹਾਰਾਂ ਦੇ ਮਹੀਨੇ ਆਉਣੇ ਨਾ, ਇਕੱਠੇ ਰਲ ਮਿਲ ਕੇ ਬਹੁਤ ਸਾਰੇ ਮਰੀਜ਼ਾਂ ਦਾ ਦੁੱਖ ਵੰਡਾ ਸਕਦੇ ਆ। ਸਾਨੂੰ ਜ਼ਰੂਰ ਮੋਢਾ ਲਾਓ, ਦੇਖ ਪਾ ਰਹੇ ਹੋ ਪਿੱਛੇ ਬਹੁਤ ਭੀੜ ਹੈ ਨਾ ਸਾਰੀ, ਹੈ ਨਾ। ਇੱਥੇ ਲੰਗਰ ਲਗਾਤਾਰ ਚੱਲਦੇ ਨੇ, ਹੈ ਨਾ। ਤੁਸੀਂ ਵੀਡੀਓਜ਼ ਦੇਖ ਰਹੇ ਹੋ ਔਰ ਮੈਨੂੰ ਪੂਰੀ ਉਮੀਦ ਹੈ ਤੁਸੀਂ ਵੀਡੀਓ ਸ਼ੇਅਰ ਵੀ ਕਰ ਰਹੇ ਹੋ। ਟਰਾਈ ਸਿਟੀ ਦੇ ਰੈਜੀਡੈਂਟਸ ਨੂੰ ਖਾਸ ਅਪੀਲ ਹੁੰਦੀ, ਸਾਡੇ ਵੀਡੀਓਜ਼ ਦਾ ਐਟਲੀਸਟ ਸ਼ੇਅਰ ਕਰਕੇ ਇੱਦਾਂ ਦਾਨੀ ਸੱਜਣਾਂ ਤੱਕ ਜ਼ਰੂਰ ਪਹੁੰਚਾਓ, ਜੋ ਸਾਨੂੰ ਮੋਢਾ ਲਾ ਸਕਦੇ ਆ ਦਵਾਈਆਂ ਦੇ ਲੰਗਰ ਦੇ ਵਿੱਚ ਔਰ ਮੋਢਾ ਲਾ ਸਕਦੇ ਆ ਚਾਹ ਦੇ ਲੰਗਰ ਦੇ ਵਿੱਚ, ਹੈ ਨਾ। ਸੋ ਤੁਸੀਂ ਆ ਕੇ ਸਾਨੂੰ ਇੱਥੇ ਗਰਾਊਂਡ 'ਤੇ ਜੁਆਇਨ ਵੀ ਕਰ ਸਕਦੇ ਹੋ, ਅਤੇ ਉਮੀਦ ਹੈ ਤੁਸੀਂ ਵੀਡੀਓ ਸਾਂਝੇ ਵੀ ਕਰਦੇ ਰਹੋਗੇ ਔਰ ਸੇਵਾ ਦੇ ਵਿੱਚ ਮੋਢਾ ਵੀ ਲਾਓਗੇ।